ਅਸਲਾਮ ਅਲੈਕਮ, ਕੀ ਹਾਲ ਹੈ? ਠੀਕ ਹੈ ਯਾਰ, ਬੜੀ ਪਰੇਸ਼ਾਨੀ ਬਣੀ ਪਈ ਆ ਵੀਡੀਓ ਇਸ ਤੋਂ ਪਹਿਲਾਂ ਮੈਂ ਇੱਕ ਲਾਈ ਹੈ, ਤੁਸੀਂ ਵੇਖੀ ਹੋਣੀ। ਮਿਲ ਲੱਗੇ ਅਸੀਂ ਇਤਜਾਜ ਕੀਤਾ ਅਤੇ ਫੈਕਟਰੀ ਵਾਲੇ ਕਹਿੰਦੇ 12 ਘੰਟੇ ਡਿਊਟੀ ਕਰੋ ਅਤੇ ਤਨਖਾਹ ਤੁਹਾਨੂੰ ਮਿਲੇਗੀ 8 ਘੰਟੇ ਜਿੰਨੀ, ਮਤਲਬ ਹੁਣ 37,000 ਗੌਰਮੈਂਟ ਮੁਕਰਰ ਕੀਤੀ ਹੈ, 37 ਮਿਲੇਗੀ 12 ਘੰਟਿਆਂ ਦੀ। ਅਸੀਂ ਕਿਹਾ ਨਹੀਂ ਕਰਨੀ, ਅਤੇ ਸਾਨੂੰ ਉਹਨਾਂ ਕਿਹਾ ਵੀ ਨਹੀਂ ਕਰਨੀ ਤਾਂ ਫਿਰ ਤੁਸੀਂ ਮਿਲ ਬੰਦ ਕਰ ਦੇਣੀ, ਤੁਸੀਂ ਛੁੱਟੀ ਕਰ ਜੋ। ਇਤਜਾਜ ਹੋਇਆ, ਕੁਛ ਸ਼ਰਤਾਂ ਮੰਨੀਆਂ ਗਈਆਂ, ਲੇਕਿਨ ਅਗਲੇ ਦਿਨ ਉਹਨਾਂ ਮਿਲ ਬੰਦ ਕਰਤੀ। ਹੁਣ ਅਸੀਂ ਬੇਰੁਜ਼ਗਾਰ ਹੋਏ, ਕਾਫੀ ਲੋਕ ਜਿਹੜੇ ਨਾ ਸੌਵਾਂ ਦੇ ਨਾਲ ਤਕਰੀਬਨ 1,000 ਦੇ ਕਰੀਬ ਬੰਦਾ ਬੇਰੁਜ਼ਗਾਰ ਹੋਇਆ। ਅਤੇ ਜ਼ੁਲਮ ਇਹਨਾਂ ਕਿ ਹੁਣ 12 ਘੰਟੇ ਡਿਊਟੀ ਲੈਣੀ ਉਹਨਾਂ ਨੇ ਸਾਡੇ ਕੋਲੋਂ, ਅਤੇ 12 ਘੰਟਿਆਂ ਦੀ ਤਨਖਾਹ ਸਾਨੂੰ ਦੇਣੀ 8 ਘੰਟਿਆਂ ਦੀ, ਅਤੇ ਡਿਊਟੀ ਹੁਣ 12 ਘੰਟੇ ਨਹੀਂ ਹੁੰਦੀ ਰੋਜ਼ ਰੋਜ਼। ਅਤੇ ਤੁਸੀਂ ਆਪ ਸਾਰੇ ਸਮਝਦਾਰ, ਜੇ ਤੁਸੀਂ ਦੱਸੋ ਡਿਊਟੀ 12 ਘੰਟੇ ਰੋਜ਼ ਹੁੰਦੀ ਹੈ, ਅਸੀਂ ਵੀ ਇਨਸਾਨ ਹਾਂ, 12 ਘੰਟੇ ਡਿਊਟੀ ਨਹੀਂ ਕਰ ਸਕਦੇ ਰੋਜ਼ ਰੋਜ਼। ਅਤੇ ਹੁਣ ਬੜੀ ਮਜਬੂਰੀ 'ਚ ਫਸੇ ਹਾਂ, ਹੁਣ ਬੇਰੁਜ਼ਗਾਰ ਹੋ ਗਏ, ਘਰ ਬੈਠੇ ਹਾਂ, ਹੁਣ ਕੰਮ ਵੀ ਕੋਈ ਨਹੀਂ ਹਜੇ ਲੱਭਣ ਡਿਆ। 3-4 ਦਿਨ ਹੋ ਗਏ, 5 ਦਿਨ ਘਰ ਬੈਠੇ ਹਨ। ਅਤੇ ਯਾਰ, ਤੁਸੀਂ ਭੈਣ ਭਰਾ ਰਲ ਕੇ ਅਗਰ ਥੋੜ੍ਹੀ ਸਪੋਰਟ ਕਰ ਦਿਉ, ਇਹ ਚੈਨਲ ਗਰੋ ਕਰ ਜੇ, ਮੇਰਾ ਸਬਸਕ੍ਰਾਈਬਰ ਪੂਰੇ ਹੋ ਜਾਣ, ਇਹ ਵੀਡੀਓ ਥੋੜ੍ਹੀ ਅੱਗੇ ਤੱਕ ਚੱਲ ਜੇ, ਕੋਈ ਵਿਊ ਆ ਜਾਣ ਵਾ ਵਾ, ਤਾਂ ਚਲੋ ਵੀਡੀਓ ਚੈਨਲ ਮੇਰਾ ਗਰੋ ਹੋ ਜੇ, ਮੇਰੇ ਚੈਨਲ 'ਤੇ ਲਾਈਕ ਸ਼ੇਅਰ ਵੱਧ ਜਾਣ ਸਬਸਕ੍ਰਾਈਬ, ਅਤੇ ਨਾਲ ਟਾਈਮ ਪੂਰਾ ਹੋ ਜਾਵੇ ਵਾਚ ਟਾਈਮ, ਅਤੇ ਚਲੋ ਮੇਰਾ ਵੀ ਕੁਛ ਭਲਾ ਹੋ ਜਾਏਗਾ, ਅਤੇ ਤੁਹਾਡਾ ਵੀ, ਤੁਸੀਂ ਵੇਖਦੇ ਜੇ, ਚਲੋ ਵੇਖਣ ਨਾਲ ਤੁਹਾਡੇ ਵੇਖਣ ਨਾਲ ਮੇਰਾ ਵੀ ਫਾਇਦਾ ਹੋ ਜਾਏਗਾ। ਅਤੇ ਨੌਕਰੀ ਕੰਮ ਮੈਂ ਲੱਭਣ ਦੀ ਕੋਸ਼ਿਸ਼ ਕਰਦਾ, ਅਨਪੜ੍ਹ ਹੈਗੇ, ਫੈਕਟਰੀ 'ਚ ਕੰਮ ਕਰਨਾ, ਅਤੇ ਹੁਣ ਅਜੇ ਤੱਕ ਤਾਂ ਨਹੀਂ ਸਾਨੂੰ ਮੈਨੂੰ ਲੱਭਦਾ ਪਿਆ। ਅਗਰ ਜੇ ਕਿਸੇ ਭੈਣ ਭਰਾ, ਜੇ ਕੋਈ, ਮੈਂ ਸ਼ੇਖਪੁਰ 'ਚ ਰਹਿੰਦਾ, ਜੇ ਕਿਸੇ ਕੋਲ ਵੀਡੀਓ ਜਾਂਦੀ ਹੈ ਅਤੇ ਜੇ ਕੋਈ ਕੰਮ ਹੈ ਮੇਰਾ ਚੰਗਾ ਜਿਹਾ, ਤਾਂ ਮੈਨੂੰ ਦੱਸ ਦਿਓ, ਸ਼ੇਖਪੁਰ ਦੇ ਵਿੱਚ ਮੈਂ ਆਪਣਾ ਮੈਂ ਰਾਬਤਾ ਕਰ ਲਵਾਂਗਾ, ਮੈਸੇਜ ਕਰ ਦਿਓ ਇਹਦੇ 'ਤੇ, ਮੈਂ ਰਾਬਤਾ ਕਰ ਲਵਾਂਗਾ। ਅਤੇ ਯਾਰ, ਸਬਸਕ੍ਰਾਈਬ ਲਾਜ਼ਮੀ ਕਰ ਦਿਓ, ਮਿਹਰਬਾਨੀ। ਇਨਸ਼ਾਅੱਲਾ ਅਗਲਾ ਵਲੌਗ ਵੀ ਤੁਹਾਨੂੰ ਦਿਖਾਵਾਂਗਾ ਫੈਕਟਰੀ ਬਾਰੇ, ਕੀ ਹਾਲਾਤ ਹੋਏ ਨੇ ਸਾਰੀ ਮਾਲੂਮਾਤ ਦੇਵਾਂਗੇ ਉਹਦੇ 'ਚ ਸਾਰੀ, ਬਿਲਕੁਲ। ਹੁਣ ਤੁਹਾਨੂੰ ਮਾਲੂਮਾਤ ਸਾਰੀ ਦੇ ਦਿੱਤੀ, ਲੇਕਿਨ ਅਗਲੇ 'ਚ ਤੁਹਾਨੂੰ ਇਹ ਵਿਖਾਵਾਂਗੇ ਉੱਥੇ ਹੋਇਆ ਕੀ ਕੀ। ਅੱਲਾ ਹਾਫਿਜ਼।